ਮੋਗਾ ਵਿਖੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਯੂਨਾਈਟਡ ਅਕਾਲੀ ਦਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਥਕ ਮਸਲਿਆਂ ਬਾਰੇ ਵਿਚਾਰਾਂ ਹੋਈਆਂ ਅਤੇ ਬਾਈਬਲ ਕਲਾਂ ਵਿਖੇ 25 ਤਰੀਕ ਨੂੰ ਸ਼ਹੀਦੀ ਗੇਟ 'ਤੇ ਸ਼ੁਰੂ ਹੋਣ ਵਾਲੇ ਮਾਰਚ ਸੰਬੰਧੀ ਰੂਪਰੇਖਾ ਤਿਆਰ ਕੀਤੀ ਗਈ ਹੈ। ਇਸ ਵਿੱਚ ਵੱਖ ਵੱਖ ਸੰਪਰਦਾਵਾਂ ਅਤੇ ਸਾਧੂਆਂ ਮਹਾਤਮਾ ਨੇ ਭਾਗ ਲਿੱਤਾ, ਜਿਨ੍ਹਾਂ ਵਿੱਚ ਸੰਤ ਸ਼ੁੱਧ ਮੁਨੀ ਜੀ, ਬਾਬਾ ਸਤਨਾਮ ਸਿੰਘ ਰਾਜੋਆਣਾ, ਸੰਤ ਬਾਬਾ ਸੁੰਦਰ ਦਾਸ ਜੀ, ਸੰਤ ਗੁਰਵੰਤਾ ਦਾਸ ਜੀ, ਸੰਤ ਚਮਕੌਰ ਸਿੰਘ, ਭਾਈ ਰੂਪਾ, ਭਾਈ ਜਸਵਿੰਦਰ ਸਿੰਘ ਘੋੜੀਆ, ਮੋਗਾ ਜ਼ਿਲ੍ਹੇ ਦੇ ਪਿੰਡ ਤਖਾਣਵਾਦਾ ਅਤੇ ਮਦੋਕੇ ਦੇ ਵਰਕਰਾਂ ਦੀ ਸਾਂਝੀ ਮੀਟਿੰਗ ਵਿੱਚ ਮਾਰਚ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਮੀਤ ਪ੍ਰਧਾਨ ਜਸਵਿੰਦਰ ਸਿੰਘ ਘੋੜੀਆ ਸਮੇਤ ਯੂਨਾਈਟਡ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਨੈਬ ਸਿੰਘ ਤਖਾਣਵਾਦ, ਹਰਪ੍ਰੀਤ ਸਿੰਘ ਤਖਾਣਵਾਦ, ਜੁਗਰਾਜ ਸਿੰਘ ਤਖਾਣਵਾਦ, ਗੁਰਪ੍ਰੀਤ ਸਿੰਘ ਮਦੋਕੇ ਆਦਿ ਹਾਜ਼ਰ ਸਨ। ਬਿਊਰੋ ਰਿਪੋਰਟ, ਆਵਾਜ਼ ਏ ਕੰਮ ਟੀਵੀ।